ਮਾਸ਼ਾਅੱਲਾ ਜੀ ਸਾਡੇ ਚਪੜੀ ਕਬਾਬ ਤਿਆਰ ਹੋ ਚੁੱਕੇ ਨੇ। ਤੁਹਾਨੂੰ ਮੈਂ ਚੈੱਕ ਕਰਕੇ ਦਿਖਾਉਂਦੀ ਹਾਂ ਕਿ ਅੰਦਰੋਂ ਬਹੁਤ ਹੀ ਜੂਸੀ, ਇਹ ਚੈੱਕ ਕਰੋ ਇਹਨੇ ਜ਼ਬਰਦਸਤ ਬਣੇ ਨੇ। ਅਸਲਾਮ ਵਾਲੇਕੁਮ ਵਿਊਅਰਸ, ਕੈਸੇ ਆਪ ਸਭ ਲੋਕ, ਉਮੀਦ ਕਰਦੇ ਆਪ ਸਭ ਖਰੀਦ ਸੀ ਹੋਵੋਗੇ। ਅੱਜ ਮੈਂ ਵੀਡੀਓ ਆਪਣੀ ਜਿਹੜੀ ਬਣਾਵਾਂਗੀ ਉਹ ਮੈਂ ਆਪਣੀ ਜ਼ਬਾਨ 'ਚ ਬਣਾਵਾਂਗੀ, ਪੰਜਾਬੀ 'ਚ ਬਣਾਵਾਂਗੀ। ਮੈਨੂੰ ਰਿਕੁਐਸਟ ਆਈ ਸੀ ਕਿ ਤੁਸੀਂ ਆਪਣੀ ਜ਼ਬਾਨ 'ਚ ਵੀਡੀਓ ਬਣਾ ਕੇ ਪਾਓ, ਅਤੇ ਅੱਜ ਮੈਂ ਪੰਜਾਬੀ 'ਚ ਵੀਡੀਓ ਬਣਾ ਕੇ ਪਾਵਾਂਗੀ। ਅਤੇ ਤੁਸੀਂ ਮੈਨੂੰ ਦੱਸਣਾ ਹੋਵੇ ਕਿ ਮੇਰੀ ਵੀਡੀਓ ਪੰਜਾਬੀ 'ਚ ਸਹੀ ਬਣੀ ਹੈ ਕਿ ਉਰਦੂ ਵਿੱਚ ਸਹੀ ਬਣੀ ਹੈ, ਜ਼ਰੂਰ ਕਮੈਂਟ ਕਰਕੇ ਦੱਸਣਾ। ਅਤੇ ਚੱਲਿਓ ਜੀ ਮੈਂ ਦੱਸਣੀ ਅੱਜ ਰੈਸਪੀ ਕਿਹੜੀ ਬਣਾਉਣ ਲੱਗੇ ਅਸੀਂ। ਅੱਜ ਅਸੀਂ ਬਣਾਉਣ ਲੱਗੇ ਹਾਂ ਪਸ਼ਾਵਰੀ ਚਪਲੀ ਕਬਾਬ। ਚਪਲੀ ਕਬਾਬ ਬਣਾਉਣ ਵਾਸਤੇ ਮੈਂ ਅੱਧਾ ਕਿਲੋ ਕੀਮਾ ਲਿਆ, ਅਤੇ ਕੀਮਾ ਮੈਂ ਚਰਬੀ ਜ਼ਿਆਦਾ ਵਾਲਾ ਨਹੀਂ ਲਿਆ, ਇਹਦੇ ਚਰਬੀ ਥੋੜ੍ਹੀ ਹੈ, ਜ਼ਿਆਦਾ ਨਹੀਂ ਹੈ, ਥੋੜ੍ਹੀ ਚਰਬੀ ਵਾਲਾ ਤੁਸੀਂ ਕੀਮਾ ਲੈਣਾ। ਅੱਧਾ ਕਿਲੋ ਮੈਂ ਬੀਫ ਦਾ ਕੀਮਾ ਲਿਆ, ਇਹਦੇ 'ਚ ਪਾਵਾਂਗੇ ਆਪਾਂ 1 ਚਮਚ ਨਮਕ, 2/4 ਟੀਸਪੂਨ ਮਿੱਠਾ ਸੋਡਾ, ਜਿਹਨੂੰ ਬੇਕਿੰਗ ਸੋਡਾ ਵੀ ਕਹਿੰਦੇ ਨੇ ਉਹ ਵਾਲਾ ਪਾਵਾਂਗੇ ਆਪਾਂ। ਇੱਥੇ ਲਈ ਹਰੀ ਮਿਰਚ, ਹਰੀ ਮਿਰਚ ਨੂੰ ਬਰੀਕ ਬਰੀਕ ਮੈਂ ਚੌਪ ਕਰ ਲਿਆ, ਤੁਸੀਂ ਮੋਟਾ ਨਹੀਂ ਰੱਖਣਾ, ਬਰੀਕ ਬਰੀਕ ਕਰਨਾ ਤਾਂ ਕਿ ਮੂੰਹ 'ਚ ਨਾ ਆਏ। ਇਹ ਪਾ ਦਿਆਂਗੇ ਵਿੱਚ, ਚੰਗੀ ਤਰ੍ਹਾਂ ਆਪਣੇ ਮਸਲਾਂਗੇ। ਇਸ ਤਰ੍ਹਾਂ ਹਥੇਲੀ ਦੇ ਨਾਲ ਐਸਾ ਚੰਗੀ ਤਰ੍ਹਾਂ ਮਸਲਣਾ ਹੈ, 2-3 ਮਿੰਟ ਇਹਨੂੰ ਇਸੇ ਤਰ੍ਹਾਂ ਹੀ ਮਸਲਦੇ ਰਹਾਂਗੇ। 2-3 ਮਿੰਟ ਵਾਸਤੇ ਅਸੀਂ ਇਹਨੂੰ ਮਸਲ ਲਿਆ। ਹੁਣ ਇਹਦੇ 'ਚ ਪਾਵਾਂਗੀ ਮੈਂ ਪਿਆਜ਼, ਅੱਧਾ ਕਿਲੋ ਮੈਂ ਕੀਮਾ ਲਿਆਵੇ, ਅੱਧਾ ਕਿਲੋ ਮੈਂ ਪਿਆਜ਼ ਲਿਆਵੇ, ਅਤੇ ਪਿਆਜ਼ ਨੂੰ ਮੈਂ ਚੌਪ ਕਰਕੇ ਅਤੇ ਇਹਦੇ 'ਚ ਪਾਣੀ ਕੱਢ ਲਿਆਵੇ। ਅਗਰ ਤੁਸੀਂ ਛੁਰੀ ਨਾਲ ਬਰੀਕ ਬਰੀਕ ਇਹਨੂੰ ਚੌਪ ਕਰ ਲੈਂਦੇ ਹੋ, ਬਿਲਕੁਲ ਬਰੀਕ ਬਰੀਕ ਕਰਨੇ ਚੌਪ, ਫਿਰ ਪਾਣੀ ਕੱਢਣ ਦੀ ਜ਼ਰੂਰਤ ਨਹੀਂ ਪਏਗੀ। ਅਗਰ ਤੁਸੀਂ ਚੌਪ ਕਰੋਗੇ ਅਤੇ ਫਿਰ ਇਹਦੇ 'ਚ ਪਾਣੀ ਆ ਜਾਂਦਾ, ਤਾਂ ਉਹ ਤੁਹਾਨੂੰ ਕੱਢਣਾ ਪੈਣਾ। ਅਤੇ ਪਾਣੀ ਜਿਹੜਾ ਵੇ ਮੈਂ ਸਾਰਾ ਨਹੀਂ ਕੱਢਿਆ, ਅੱਧਾ ਪਾਣੀ ਕੱਢਿਆ ਵੇ, ਅੱਧਾ ਵਿੱਚ ਰਹਿਣ ਦਿੱਤਾ ਵੇ, ਕਿ ਜਿਹੜੇ ਕਬਾਬ ਨੇ ਨਾ ਉਹ ਬੜੇ ਜੂਸੀ ਅਤੇ ਨਰਮ ਜਿਹੇ ਬਣਦੇ ਨੇ। ਹੁਣ ਅਸੀਂ ਵਿੱਚ ਪਿਆਜ਼ ਪਾ ਦਿਆਂਗੇ, ਇਹਦੇ 'ਚ ਨਾਲ ਹੀ ਪਾਵਾਂਗੇ ਮਸਾਲੇ, 1/2 ਟੀਸਪੂਨ ਕੁੱਟੀ ਲਾਲ ਮਿਰਚ ਲਈਏ, 1/2 ਟੀਸਪੂਨ ਥੋੜ੍ਹਾ ਜਿਹਾ ਘੱਟ ਲਾਲ ਮਿਰਚ ਲਈਏ, 1 ਟੇਬਲ ਸਪੂਨ ਆਪਾਂ ਖੁਸ਼ਕ ਧਨੀਆ ਲਿਆਵੇ, ਇਹ ਵੀ ਪਾ ਦਿਆਂਗੇ ਵਿੱਚ, 1 ਟੇਬਲ ਸਪੂਨ ਆਪਾਂ ਲਾਂਗੇ ਅਦਰਕ ਲਸਣ ਦਾ ਪੇਸਟ। ਹੁਣ ਇਹਨੂੰ ਚੰਗੀ ਤਰ੍ਹਾਂ ਮਸਲਾਂਗੇ ਆਪਾਂ, ਇੰਨਾ ਕੁ ਮਸਲਾਂਗੇ ਕਿ ਇੱਕ ਜਾਨ ਹੋ ਜਾਏ, ਕੀਮਾ ਅਤੇ ਪਿਆਜ਼ ਜੋ ਹਰ ਮਸਾਲੇ ਮਸੂਲੇ ਪਾਏ ਨੇ ਇੱਕ ਜਾਨ ਹੋ ਜਾਏ, ਇੰਨੇ ਮਸਲਾ ਇਹਨੂੰ। ਪਿਆਜ਼ ਇਸੇ ਲਈ ਜ਼ਿਆਦਾ ਪਾਏ ਜਾਂਦੇ ਨੇ ਕਿ ਜਿਹੜੇ ਚਪਲੀ ਕਬਾਬ ਹੁੰਦੇ ਨੇ ਅੰਦਰੋਂ ਨਰਮ ਬਣਦੇ ਨੇ, ਸਖਤ ਨਹੀਂ ਹੁੰਦੇ। ਹੋਟਲਾਂ ਵਾਲੇ ਤਾਂ 2 ਕਿਲੋ ਕੀਮੇ ਦੇ ਵਿੱਚ 3 ਕਿਲੋ ਵੀ ਪਿਆਜ਼ ਪਾ ਲੈਂਦੇ ਨੇ, 4 ਕਿਲੋ ਵੀ ਪਿਆਜ਼ ਪਾ ਲੈਂਦੇ ਨੇ, ਕਿਉਂਕਿ ਉਹਨਾਂ ਨੇ ਤਾਂ ਸੇਲ ਕਰਨੀ ਹੁੰਦੀ ਹੈ ਨਾ, ਅਤੇ ਅਸੀਂ ਜਿਹੜੇ ਘਰ ਬਣਾਉਣੇ ਹੁੰਦੇ ਨੇ ਫਿਰ ਸਾਫ਼ ਸੁਥਰੇ ਵੀ ਬਣ ਜਾਂਦੇ ਨੇ, ਅਤੇ ਤੁਸੀਂ ਆਪਣੀ ਮਰਜ਼ੀ ਦੀ ਚੀਜ਼ ਵੀ ਪਾ ਸਕਦੇ ਹੋ, ਘੱਟ ਵੱਧ ਨਮਕ ਮਿਰਚ ਵੀ ਤੁਸੀਂ ਆਪਣੇ ਹਿਸਾਬ ਦੀ ਪਾ ਸਕਦੇ ਹੋ, ਘੱਟ ਪਾ ਸਕਦੇ ਹੋ, ਵੱਧ ਪਾ ਸਕਦੇ ਹੋ, ਜਿਸ ਤਰ੍ਹਾਂ ਤੁਹਾਡੀ ਮਰਜ਼ੀ ਹੈ ਤੁਸੀਂ ਉਸੇ ਤਰ੍ਹਾਂ ਪਾ ਸਕਦੇ ਹੋ। 5-6 ਮਿੰਟ ਹੋ ਗਏ ਨੇ ਮੈਨੂੰ ਕੀਮੇ ਨੂੰ ਮਸਲਦਿਆਂ, ਇਹ ਦੇਖੋ ਇਸ ਤਰ੍ਹਾਂ ਹੋਇਆ। ਹੁਣ ਇਹਦੇ 'ਚ ਪਾਵਾਂਗੇ ਆਪਾਂ ਮਕਈ ਦਾ ਆਟਾ, ਇੱਥੇ ਮੈਂ ਮਕਈ ਦਾ ਆਟਾ ਲਿਆ ਵੇ, ਤੁਸੀਂ ਚਾਹੋ ਤਾਂ ਰੋਟੀ ਪਕਾਉਣ ਵਾਲਾ ਆਟਾ ਜਿੱਦਾਂ ਗੰਦਮ ਦਾ ਜਿਹੜਾ ਆਟਾ ਹੁੰਦਾ ਉਹ ਵੀ ਪਾ ਸਕਦੇ ਹੋ। ਮੈਂ ਇੱਥੇ ਮਕਈ ਦਾ ਆਟਾ ਪਾਵਾਂਗੀ, ਥੋੜ੍ਹਾ ਥੋੜ੍ਹਾ ਕਰਕੇ ਆਟਾ ਪਾਵਾਂਗੀ, ਜਿੰਨੀ ਜ਼ਰੂਰਤ ਹੋਏਗੀ ਉਨਾ ਹੀ ਇਸਤੇਮਾਲ ਕਰਾਂਗੇ। 2 ਟੇਬਲ ਸਪੂਨ ਪਹਿਲੇ ਪਾਵਾਂਗੀ ਮੈਂ, ਆਟਾ ਪਾ ਕੇ ਚੰਗੀ ਤਰ੍ਹਾਂ ਫਿਰ ਮਸਲਾਂਗੇ। ਇਹ ਯੱਕ ਜਾਨ ਹੋਣਾ ਸ਼ੁਰੂ ਹੋ ਗਿਆ ਵੇ, ਥੋੜ੍ਹਾ ਜਿਹਾ ਮੱਕੀ ਦਾ ਆਟਾ ਹੋਰ ਪਾਵਾਂਗੇ ਆਪਾਂ, ਅੱਧਾ ਕੁ ਚਮਚ ਹੋਰ ਪਾ ਦਿੰਦੇ ਹਾਂ, ਅਤੇ 1/2 ਟੀਸਪੂਨ ਨਮਕ ਥੋੜ੍ਹਾ ਜਿਹਾ ਹੋਰ ਪਾ ਦਿੰਦੇ ਹਾਂ, ਥੋੜ੍ਹਾ ਜਿਹਾ ਘੱਟ ਲੱਗ ਰਿਹਾ ਸਾਨੂੰ। 5-6 ਮਿੰਟ ਹੋਰ ਅਸੀਂ ਇਸ ਤਰ੍ਹਾਂ ਮਸਲਾਂਗੇ ਇਹਨੂੰ ਚੰਗੀ ਤਰ੍ਹਾਂ, ਇੱਕ ਜਾਨ ਹੋ ਜਾਏ,
ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਜੇ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਤੇ ਬੈਲ ਆਇਕਨ ਦਾ ਬਟਨ ਵੀ ਜ਼ਰੂਰ ਦਬਾਇਆ ਕਰੋ ਤਾਂ ਕਿ ਮੇਰੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਬਰ ਵਕਤ ਮਿਲ ਸਕੇ। ਇਹ ਚੰਗੀ ਤਰ੍ਹਾਂ ਮੈਂ ਮਸਲ ਲਿਆ, ਕੀਮਾ ਸਾਡਾ ਹੋ ਗਿਆ ਤਿਆਰ। ਇਹ ਬਿਲਕੁਲ ਇੱਕ ਦੇਖੋ ਇੱਕ ਜਾਨ ਹੋ ਗਿਆ। ਇਹ 2 ਘੰਟੇ ਵਾਸਤੇ ਮੈਂ ਇਹਨੂੰ ਫਰਿੱਜ 'ਚ ਰੱਖ ਦਿਆਂਗੀ, ਥੋੜ੍ਹਾ ਸੈੱਟ ਹੋ ਜਾਏ ਤੇ ਫਿਰ ਆਪਾਂ ਕਬਾਬ ਬਣਾਉਣੇ ਸ਼ੁਰੂ ਕਰਾਂਗੇ। ਕੀਮੇ ਨੂੰ 2 ਘੰਟੇ ਹੋ ਗਏ ਨੇ ਫਰਿੱਜ 'ਚ ਰੱਖਿਆ ਨੂੰ, ਤੇ ਚਲਿਓ ਹੁਣ ਚਪਲੀ ਕਬਾਬ ਬਣਾਉਣਾ ਸ਼ੁਰੂ ਕਰਨੇ ਆ। ਇੱਥੇ ਮੈਂ ਖੂਬਸੂਰਤ ਜਿਹਾ ਲਿਆ ਵੇ ਪੈਨ, ਇਹਦੇ 'ਚ ਪਾਵਾਂਗੇ ਅਸੀਂ ਕੁਕਿੰਗ ਆਇਲ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਕੁਕਿੰਗ ਆਇਲ ਥੋੜ੍ਹਾ ਜ਼ਿਆਦਾ ਪਾਵਾਂਗੇ। ਆਇਲ ਨੂੰ ਗਰਮ ਹੋਣ ਵਾਸਤੇ ਰੱਖ ਦਿੱਤਾ ਹੋਇਆ। ਜਿੰਨੀ ਦੇਰ ਆਪਣਾ ਆਇਲ ਗਰਮ ਹੁੰਦਾ ਹੋਵੇ ਉਨੀ ਦੇਰ ਮੈਂ ਕਬਾਬਾਂ ਨੂੰ ਬਣਾ ਲੈਂਦੀ ਹਾਂ। ਇਹਦੇ ਵਿੱਚ ਪਾਵਾਂਗੀ ਮੈਂ ਟਮਾਟਰ। ਟਮਾਟਰ ਮੈਂ ਬਰੀਕ ਬਰੀਕ ਕੱਟ ਲਏ ਨੇ, ਅੰਦਰ ਵੱਲ ਬੀਜ ਜਿਹੜਾ ਪਾਣੀ ਵਾਲਾ ਹਿੱਸਾ ਉਹ ਮੈਂ ਕੱਢ ਦਿੱਤਾ ਵੇ, ਉਹ ਕੱਢ ਕੇ ਤੇ ਬਾਕੀਆਂ ਨੂੰ ਮੈਂ ਬਰੀਕ ਬਰੀਕ ਕੱਟ ਦਿੱਤਾ। ਇਸ ਟਾਈਮ 'ਤੇ ਇਹ ਪਾਵਾਂਗੇ ਵਿੱਚ। ਜਦੋਂ ਕਬਾਬ ਬਣਾਉਣ ਲੱਗੀਏ ਉਸ ਟਾਈਮ ਪਾਈਏ ਟਮਾਟਰ ਵਗੈਰਾ। 1 ਟੇਬਲ ਸਪੂਨ ਮੈਂ ਲਾਂਗੀ ਕਬਾਬ ਮਸਾਲਾ, ਇਹਦੇ 'ਚ ਪਾ ਦਿਆਂਗੇ। ਇਹ ਕਬਾਬ ਮਸਾਲਾ ਜਿਹੜਾ ਮੈਂ ਪੈਕਟ ਵਾਲਾ ਪਾਇਆ, ਪੈਕਟ ਵਾਲਾ ਕਬਾਬ ਮਸਾਲਾ ਬਾਜ਼ਾਰੋਂ ਆਸਾਨੀ ਨਾਲ ਮਿਲ ਜਾਂਦਾ ਵੇ। ਅੱਛੀ ਤਰ੍ਹਾਂ ਮੈਂ ਇਹਨੂੰ ਫਿਰ ਮਸਲਾਂਗੀ। ਇਹ ਮੈਂ 1/2 ਕਿਲੋ ਕੀਮੇ ਦੀ ਰੈਸਪੀ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ। ਅਗਰ ਤੁਸੀਂ ਕਿਲੋ ਦੇ ਬਣਾਉਣਾ ਚਾਹੋ ਤਾਂ ਇਹੀ ਚੀਜ਼ਾਂ ਡਬਲ ਕਰ ਸਕਦੇ ਹੋ, ਜੋ ਮਸਾਲੇ ਮੈਂ ਪਾਏ ਨੇ ਉਹ ਡਬਲ ਕਰਕੇ ਤੁਸੀਂ ਪਾ ਲਓ। ਹੁਣ ਕਬਾਬਾਂ ਦੇ ਪੇੜੇ ਕੱਢ ਲੈਂਦੀ ਹਾਂ ਮੈਂ। ਜਿੱਡੇ ਜਿੱਡੇ ਅਸੀਂ ਕਬਾਬ ਬਣਾਵਾਂਗੇ ਉਹਨਾਂ ਉਹਨਾਂ ਮਿਕਸਰ ਲਾਂਗੇ ਇਸ ਤਰ੍ਹਾਂ ਕਰਕੇ। ਐਡਾ ਕੋਲ ਪੇੜਾ ਲਾਂਗੇ, ਤੁਸੀਂ ਛੋਟਾ ਵੱਡਾ ਆਪਣੀ ਮਰਜ਼ੀ ਨਾਲ ਕਰ ਸਕਦੇ ਹੋ। 1/2 ਕਿਲੋ ਕੀਮੇ ਦੇ ਵਿੱਚ ਅਸੀਂ ਚਪਲੀ ਕਬਾਬ ਦੇ 11 ਪੇੜੇ ਬਣਾ ਲੈ ਨੇ, 11 ਬਣੇ ਨੇ। ਤੁਸੀਂ ਛੋਟੇ ਵੱਡੇ ਸਾਈਜ਼ ਜਿਹੜਾ ਵੀ ਆਪਣੀ ਮਰਜ਼ੀ ਦਾ ਬਣਾ ਸਕਦੇ ਹੋ। ਇੱਥੇ ਅਸੀਂ ਲਾਂਗੇ 1 ਪਲੇਟ, ਤੇ ਪਲੇਟ ਵਿੱਚ ਲਾਵਾਂਗੀ ਮੈਂ ਥੋੜ੍ਹਾ ਜਿਹਾ ਆਇਲ। ਐਸਾ ਆਇਲ ਨੂੰ ਗਰੀਸ ਕਰ ਦਿਆਂਗੇ। 1 ਪੇੜਾ ਇਸ ਤਰ੍ਹਾਂ ਚੁੱਕਾਂਗੇ ਤੇ ਹਲਕੇ ਹਲਕੇ ਹੱਥਾਂ ਦੇ ਨਾਲ ਇਸ ਤਰ੍ਹਾਂ ਇਹਨੂੰ ਦਬਾ ਦਿਆਂਗੇ। ਇਹਨੂੰ ਆਪਾਂ ਚੰਗੀ ਤਰ੍ਹਾਂ ਸੈੱਟ ਕਰ ਦਿਆਂਗੇ ਸਾਈਡਾਂ ਤੋਂ। ਬਹੁਤ ਮੋਟਾ ਨਹੀਂ ਬਣਾਉਣਾ ਬਸ, ਕਿਉਂਕਿ ਇਹਦੇ 'ਚ ਸੋਡਾ ਪਾਇਆ ਹੋਇਆ ਵੇ ਤੇ ਇਹ ਫਿਰ ਫੁੱਲੇਗਾ। ਇਹਦੇ ਉੱਤੇ ਲਾਵਾਂਗੇ 1 ਟਮਾਟਰ ਦਾ ਪੀਸ, ਇਹਦੇ ਨਾਲ ਬਹੁਤ ਹੀ ਖੂਬਸੂਰਤ ਲੱਗਦਾ ਕਬਾਬ। ਆਇਲ ਸਾਡਾ ਗਰਮ ਹੋ ਗਿਆ, ਹੁਣ ਮੈਂ ਇਹਦੇ 'ਚ ਪਾਵਾਂਗੀ ਕਬਾਬ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਅਗਰ ਤੁਸੀਂ ਮੀਡੀਅਮ ਹੀ ਰੱਖਣੀ, ਤੇਜ਼ ਅੱਗ ਨਹੀਂ ਕਰਨੀ, ਅਗਰ ਤੇਜ਼ ਅੱਗ 'ਤੇ ਬਣਾਓਗੇ ਤੇ ਕਬਾਬ ਜਿਹੜੇ ਨੇ ਉਹ ਜਲ ਜਾਣਗੇ ਤੇ ਉਹ ਕੱਚੇ ਰਹਿ ਜਾਣਗੇ। ਇਹਨੂੰ ਮੀਡੀਅਮ ਅੱਗ 'ਤੇ ਅਸੀਂ ਬਣਾਉਣਾ ਨੂੰ ਇਹਨੂੰ ਅਜੇ ਪਲਟਾਂਗੇ ਨਹੀਂ, 1 ਸਾਈਡ 'ਤੇ 1 ਮਿੰਟ ਪਕਣ ਦਿਆਂਗੇ। ਥੋੜ੍ਹੀ ਦੇਰ 1 ਸਾਈਡ 'ਤੇ ਪਕਣਗੇ, ਫਿਰ ਇਹਨੂੰ ਸਾਈਡ ਇਹਦੀ ਚੇਂਜ ਕਰਾਂਗੇ। ਹਲਕੇ ਹਲਕੇ ਹੱਥਾਂ ਦੇ ਨਾਲ ਉੱਤੋਂ ਅਸੀਂ ਇਸ ਤਰ੍ਹਾਂ ਦਬਾ ਦਿਆਂਗੇ ਟਮਾਟਰ ਨੂੰ। ਮਾਸ਼ਾਅੱਲਾ ਬਹੁਤ ਹੀ ਚੰਗੀ ਖੁਸ਼ਬੂ ਆ ਰਹੀ ਹੈ, ਤੁਸੀਂ ਵੀ ਇਹਨੂੰ 1 ਦਫਾ ਜ਼ਰੂਰ ਟਰਾਈ ਕਰਨਾ। ਇਸ ਤਰ੍ਹਾਂ ਆਪਾਂ ਪਲਟ ਦਿਆਂਗੇ, ਇਸ ਤਰ੍ਹਾਂ ਹਲਕੇ ਹੱਥਾਂ ਉੱਤੋਂ ਦਬਾ ਦਿਆਂਗੇ, ਇਹਨਾਂ ਨੂੰ ਪਲਟ ਲਾਂਗੇ। ਮਾਸ਼ਾਅੱਲਾ ਦੇਖੋ ਕਲਰ ਆਉਣਾ ਸ਼ੁਰੂ ਹੋ ਗਿਆ। ਜਦੋਂ ਅੱਧੇ ਪੱਕ ਜਾਣਗੇ ਤੇ ਇਸ ਤਰ੍ਹਾਂ ਸੁਰਾਖ ਵਿੱਚ ਕਰਾਂਗੇ। ਇਸ ਤਰ੍ਹਾਂ ਕਿਸੇ ਵੀ ਚਮਚ ਦੇ ਨਾਲ ਤੁਸੀਂ ਮਨ ਲਗਾ ਸਕਦੇ ਹੋ।
ਤਾਂ ਕਿ ਅੰਦਰ ਤੱਕ ਚੰਗੀ ਤਰ੍ਹਾਂ ਪੱਕ ਜਾਣ। ਦੇਖੋ ਇਸ ਤਰ੍ਹਾਂ ਨਾ ਸੁਰਾਖ ਕਰ ਦਿੱਤੇ ਨੇ ਚਮਚ ਦੇ ਨਾਲ ਉੱਤੇ, ਅਸੀਂ ਇਸ ਤਰ੍ਹਾਂ ਆਇਲ ਪਾਵਾਂਗੇ ਸਾਰੇ ਕਬਾਬਾਂ ਦੇ ਉੱਤੇ, ਉੱਤੋਂ ਵੀ ਚੰਗੀ ਤਰ੍ਹਾਂ ਪੱਕ ਜਾਣ। ਇਹ ਵਾਲਾ ਦੋ ਕਬਾਬ ਸਾਡੇ ਪੱਕ ਚੁੱਕੇ ਨੇ, ਇਹਨਾਂ ਨੂੰ ਮੈਂ ਕੱਢ ਲੈਂਦੀ ਹਾਂ। ਦੇਖੋ ਜੀ ਕਿੱਡੇ ਵਧੀਆ ਤੇ ਕਿੱਡੇ ਮਜ਼ੇਦਾਰ ਸਾਡੇ ਚਪਲੀ ਕਬਾਬ ਬਣੇ ਨੇ। ਇਹ ਵੀ ਚਪਲੀ ਕਬਾਬ ਤਿਆਰ ਹੋ ਗਏ ਨੇ, ਮੈਂ ਇਹਨਾਂ ਨੂੰ ਵੀ ਕੱਢ ਲੈਂਦੀ ਹਾਂ। ਇਹ ਮੈਂ ਬਣਾ ਲੈਂਦੇ, ਬਾਕੀ ਵੀ ਸਾਰੇ ਬਣਾ ਕੇ ਤੇ ਫਿਰ ਮੈਂ ਦਿਖਾਉਂਦੀ ਹਾਂ। ਇੱਥੇ ਮੈਂ ਲਈਆਂ ਨੇ ਹਰੀਆਂ ਮਿਰਚਾਂ, ਮਿਰਚਾਂ ਦੇ ਦਰਮਿਆਨ 'ਚ ਮੈਂ ਇਸ ਤਰ੍ਹਾਂ ਕੱਟ ਲਾ ਲਿਆ, ਇਹਨਾਂ ਨੂੰ ਵੀ ਫਰਾਈ ਕਰ ਲਵਾਂਗੇ। ਚਪਲੀ ਕਬਾਬ ਨਾਲ ਬਹੁਤ ਹੀ ਮਜ਼ੇਦਾਰ ਲੱਗਦੀਆਂ ਨੇ ਹਰੀਆਂ ਮਿਰਚਾਂ, ਇਹਨਾਂ ਦਾ ਖਾਣ ਦਾ ਸਵਾਦ ਹੀ ਬਹੁਤ ਆਉਂਦਾ ਵੇ, ਇਸ ਲਈ ਇਹ ਹਰੀਆਂ ਮਿਰਚਾਂ ਪਾ ਕੇ ਇਹਨਾਂ ਨੂੰ ਵੀ ਤੜਕ ਲਵਾਂਗੀ ਮੈਂ। ਮਿਰਚਾਂ ਫਰਾਈ ਹੋ ਚੁੱਕੀਆਂ ਨੇ, ਮਿਰਚਾਂ ਨੂੰ ਅਸੀਂ ਕੱਢ ਲਵਾਂਗੇ। ਸਾਡੇ ਤੇ ਬਣ ਗਿਆ ਚਪਲੀ ਕਬਾਬ, ਤੁਸੀਂ ਵੀ ਬਣਾਓ ਤੇ ਮਜ਼ੇ ਲਵੋ, ਤੇ ਇਹਦਾ ਬਹੁਤ ਹੀ ਜ਼ਾਇਕਾ ਜ਼ਬਰਦਸਤ ਹੈ, ਜਿਹੜਾ ਵੀ ਖਾਏਗਾ ਤੁਹਾਡੀ ਤਾਰੀਫਾਂ ਹੀ ਕਰੇਗਾ। ਮਾਸ਼ਾਅੱਲਾ ਜੀ ਸਾਡੇ ਚਪਲੀ ਕਬਾਬ ਤਿਆਰ ਹੋ ਚੁੱਕੇ ਨੇ, ਤੁਹਾਨੂੰ ਮੈਂ ਚੈੱਕ ਕਰਕੇ ਦਿਖਾਉਂਦੀ ਹਾਂ ਕਿ ਅੰਦਰੋਂ ਬਹੁਤ ਹੀ ਜੂਸੀ, ਇਹ ਚੈੱਕ ਕਰੋ ਇਹਨੇ ਜ਼ਬਰਦਸਤ ਬਣੇ ਨੇ। ਤੁਸੀਂ ਇੱਕ ਦਫਾ ਜ਼ਰੂਰ ਇਹਨੂੰ ਟਰਾਈ ਕਰਨਾ ਮੇਰੇ ਕਹਿਣ ਤੇ, ਇਹ ਬਹੁਤ ਹੀ ਜ਼ਬਰਦਸਤ ਬਣ ਕੇ ਤਿਆਰ ਹੋਣਗੇ। ਉਮੀਦ ਕਰਨੀ ਹੈ ਕਿ ਮੇਰੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ, ਅਗਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੈ ਤਾਂ ਮੇਰੀ ਵੀਡੀਓ ਨੂੰ ਲਾਈਕ, ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ। ਜਾਂਦੀ ਬਾਕੀ ਫਿਰ ਮੈਂ ਤੁਹਾਨੂੰ ਯਾਦ ਕਰਾ ਦਿਆ ਕਿ ਮੈਨੂੰ ਜ਼ਰੂਰ ਕਮੈਂਟ ਵਿੱਚ ਦੱਸਣਾ ਵੀ ਅੱਜ ਮੇਰੀ ਪੰਜਾਬੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈ, ਜੇ ਤੁਹਾਨੂੰ ਮੇਰੀ ਵੀਡੀਓ ਪੰਜਾਬੀ ਚੰਗੀ ਲੱਗਦੀ ਹੈ ਤਾਂ ਮੈਂ ਪੰਜਾਬੀ 'ਚ ਵੀਡੀਓ ਬਣਾਵਾਂਗੀ, ਜੇ ਮੇਰੀ ਵੀਡੀਓ ਪੰਜਾਬੀ 'ਚ ਨਹੀਂ ਚੰਗੀ ਲੱਗਦੀ ਤਾਂ ਫਿਰ ਮੈਂ ਉਰਦੂ 'ਚ ਬਣਾਵਾਂਗੀ। ਇਹ ਮੇਰੇ ਭੈਣਾਂ ਭਰਾਵਾਂ ਨੇ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਣਾ ਹੈ। ਆਪਣਾ ਬਹੁਤ ਸਾਰਾ ਖਿਆਲ ਰੱਖਿਆ ਜੇ, ਮੈਨੂੰ ਵੀ ਆਪਣੀ ਦੁਆਵਾਂ 'ਚ ਯਾਦ ਰੱਖਿਆ ਕਰੋ। ਮਿਲਦੀ ਹਾਂ ਇੱਕ ਨਈ ਵੀਡੀਓ ਦੇ ਨਾਲ, ਅੱਲਾ ਹਾਫਿਜ਼।